ਲਗਾਤਾਰ ਸੋਧ ਬਿੱਲ ਦੇ ਖਿਲਾਫ ਜੁਆਇੰਟ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਮਲੇਰਕੋਟਲਾ ਦੇ ਸਰਹੱਦੀ ਗੇਟ ਵਿਖੇ ਚੱਲ ਰਿਹਾ ਧਰਨਾ 11ਵੇਂ ਦਿਨ ਵਿੱਚ ਦਾਖਲ ਹੋ ਗਿਆ। ਧਰਨੇ ਦੀ ਹਮਾਇਤ ਕਰਨ ਦੇ ਲਈ ਬਾਹਰ ਤੋਂ ਕੋਈ ਨਾ ਕੋਈ ਰੋਜ਼ਾਨਾ ਜੱਥਾ ਇੱਥੇ ਪਹੁੰਚਦਾ ਹੈ ਤੇ ਅੱਜ ਸੰਗਰੂਰ ਤੋਂ ਇੱਕ ਜੱਥਾ ਮੋਦੀ ਸਰਕਾਰ ਦੇ ਖਿਲਾਫ ਨਾਰੇ ਮਾਰਦਾ ਹੋਇਆ ਤੇ ਡਫੀਆਂ ਵਜਾਉਂਦਾ ਹੋਇਆ ਧਰਨੇ ਦੇ ਵਿੱਚ ਪਹੁੰਚਿਆ। ਧਰਨੇ ਤੇ ਬੈਠੇ ਜੁਆਇੰਟ ਐਕਸ਼ਨ ਕਮੇਟੀ ਦੇ ਨੁਮਾਇੰਦਿਆਂ ਨੇ ਸਰਕਾਰ ਨੂੰ ਕੜੀ ਚੇਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਇਸ ਕਾਲੇ ਕਾਨੂੰਨ ਦੇ ਉੱਪਰ ਸਟੇ ਨਾ ਹੋਈ ਤਾਂ ਜਲਦ ਹੀ ਇਸ ਤਰ੍ਹਾਂ ਦੇ ਧਰਨੇ ਪੂਰੇ ਪੰਜਾਬ ਦੇ ਵਿੱਚ ਲਗਾਏ ਜਾਣਗੇ ਅਤੇ ਮੁਸਲਿਮ ਸਮਾਜ ਹੁਣ ਇਕੱਲਾ ਨਹੀਂ ਰਿਹਾ, ਇਸ ਦੇ ਨਾਲ ਬਾਕੀ ਧਰਮਾਂ ਦੇ ਸਮਾਜ ਵੀ ਜੁੜ ਚੁੱਕੇ ਨੇ ਅਤੇ ਕਾਲੇ ਕਾਨੂੰਨ ਦੇ ਖਿਲਾਫ ਇਹ ਲੜਾਈ ਹੁਣ ਸਾਰਿਆਂ ਦੀ ਬਣ ਗਈ ਹੈ। ਆਜ਼ਾਦ ਟੀਵੀ ਨਿਊਜ਼ ਦੇ ਲਈ ਮਲੇਰਕੋਟਲਾ ਤੋਂ ਮੁਹੰਮਦ ਕਾਜ਼ਮ ਦੇ ਨਾਲ ਸ਼ਾਹਿਦ ਜ਼ੁਬੈਰੀ ਦੀ ਰਿਪੋਰਟ। ਪੰਜਾਬ ਰੈਡੀਕਲ ਸਟੂਡੈਂਟ ਯੂਨਿਟ ਵੱਲੋਂ ਇੱਥੇ ਜਿਹੜਾ ਮਲੇਰਕੋਟਲੇ ਵਿੱਚ 11 ਦਿਨਾਂ ਤੋਂ ਧਰਨਾ ਲੱਗਿਆ ਹੋਇਆ ਉਸ ਦੇ ਵਿੱਚ ਸਿੱਖ ਲੋਕਾਂ ਲੈ ਕੇ ਪਹੁੰਚੇ ਹੈਗੇ ਆ ਤੇ ਉਸ ਦੀ ਅਸੀਂ ਹਮਾਇਤ ਕਰ ਰਹੇ ਇੱਥੇ। ਸਾਡੀਆਂ ਇਹ ਮੰਗਾਂ ਹੈਗੀਆਂ ਵੀ ਜਿਹੜਾ ਇਹ ਧਰਮ ਦੇ ਨਾਂ ਤੇ ਵੱਡੀਆਂ ਪਾਈਆਂ ਜਾ ਰਹੀਆਂ ਹੈਗੀਆਂ ਤੇ ਮੋਦੀ ਸਰਕਾਰ ਆ ਜੋ ਸੀ ਇਹ NRC NPR ਵਰਗੇ ਜਿਹੜੇ ਕਾਨੂੰਨ ਆ ਲੈ ਕੇ ਆ ਰਹੀ ਹੈਗੀ ਆ, ਘੱਟ ਗਿਣਤੀਆਂ ਨੂੰ ਦਬਾਇਆ ਜਾ ਰਿਹਾ ਹੈਗਾ, ਜਿਹੜੇ ਮੋਦੀ ਦੇ ਸ਼ਰਿਆਂ ਬਿਆਨ ਆ ਰਹੇ ਹੈਗੇ ਆ ਪਰ ਉਹ ਇੱਕ ਪਾਸੇ ਝੂਠ ਕਹਿ ਰਿਹਾ ਹੈਗਾ ਕਿ ਉਹ ਇਸ ਤਰ੍ਹਾਂ ਦੀ ਵੰਡੀਆਂ ਨਹੀਂ ਪਾ ਰਿਹਾ ਹੈਗਾ, ਮੁਸਲਮਾਨਾਂ ਦੇ ਖਿਲਾਫ ਨਹੀਂ ਬੋਲ ਰਿਹਾ। ਪਰ ਲਗਾਤਾਰ ਆਪਾਂ ਦੇਖ ਰਹੇ ਹੈਗੇ ਕਿ ਵਿਦਿਆਰਥੀਆਂ ਨਾਲ ਵੀ ਧੱਕਾ ਹੋ ਰਿਹਾ ਹੈਗਾ। ਯੂਨੀਵਰਸਿਟੀਆਂ ਦੇ ਵਿੱਚ ਜਾਮੀ ਯੂਨੀਵਰਸਿਟੀ ਦੇ ਵਿੱਚ ਵੀ ਤੁਸੀਂ ਦੇਖਿਆ ਪਿਛਲੇ ਦਿਨ ਵਿਦਿਆਰਥੀਆਂ ਦੇ ਨਾਲ ਕਿੰਨਾ ਧੱਕਾ ਕੀਤਾ ਗਿਆ ਹੈਗਾ। ਇਹ ਜਿੰਨਾ ਚਿਰ ਇਹ ਸਰਕਾਰ ਆਪਦੇ ਕਾਨੂੰਨ ਵਾਪਸ ਨਹੀਂ ਲੈਂਦੀ CAA ਵਰਗੇ, ਉਹਨਾਂ ਚਿਰ ਅਸੀਂ ਲਗਾਤਾਰ ਇਹ ਸੰਘਰਸ਼ ਆ ਜਿਹੜੇ ਜਾਰੀ ਰੱਖਾਂਗੇ। ਜਿਹੜੇ ਕਾਲਾ ਕਾਨੂੰਨ ਆ ਇਕੱਲੇ ਮੁਸਲਮਾਨ ਦੇ ਵਿਰੁੱਧ ਆ ਜਾਂ ਹੋਰ ਵੀ ਕੌਮਾਂ ਦੇ? ਇਹ ਮੁਸਲਮਾਨਾਂ ਦੇ ਖਿਲਾਫ ਹੀ ਉਹਨਾਂ ਨੇ ਕੀਤਾ ਹੈਗਾ। ਪਰ ਜੇ ਇਸ ਤਰ੍ਹਾਂ ਚੱਲਦਾ ਰਿਹਾ ਆਪਾਂ ਦੇਖ ਰਹੇ ਹਾਂ ਕਿ ਇਹ ਅੱਗੇ ਜਿਹੜਾ ਘੱਟ ਗਿਣਤੀਆਂ ਨੂੰ ਹੋਰ ਵੀ ਦਬਾਉਣ ਦੀ ਕੋਸ਼ਿਸ਼ ਕਰਨਗੇ। ਇਸ ਲਈ ਇਸ ਨੂੰ ਵਾਪਸ ਕਰਨ ਦੇ ਲਈ ਇਸ ਥਾਂ ਥਾਂ ਤੇ ਜਿਹੜੇ ਸੰਘਰਸ਼ ਕਰ ਰਹੇ ਹੈਗੇ ਤੇ ਅੱਜ ਅਸੀਂ ਮਲੇਰਕੋਟਲੇ ਦੇ ਵਿੱਚ ਅਮਿਤ ਸ਼ਾਹ। ਮੈਂ ਮੁਹੰਮਦ ਯਾਸੀਨ, ਕੋ ਕਨਵੀਨਰ ਜੁਆਇੰਟ ਐਕਸ਼ਨ ਕਮੇਟੀ ਪੰਜਾਬ। ਅਸੀਂ ਇਹ 9 ਤਰੀਕ ਤੋਂ ਧਰਨਾ ਸ਼ੁਰੂ ਕੀਤਾ ਹੋਇਆ, ਜਿਹੜਾ ਸਾਡੇ ਮੁਲਕ ਦੀ ਸਰਕਾਰ ਨੇ ਇੱਕ ਕਾਲਾ ਕਾਨੂੰਨ ਬਣਾਇਆ ਜਿਹਦੇ ਵਿੱਚੋਂ ਖਾਸ ਤੌਰ 'ਤੇ ਮੁਸਲਮਾਨਾਂ ਨੂੰ ਬਾਹਰ ਰੱਖਿਆ, ਅਤੇ ਸਰਕਾਰ ਇਸ ਦੇ ਜ਼ਰੀਏ ਇਸ ਮੁਲਕ ਦੇ ਵਿੱਚ ਹਿੰਦੂ ਰਾਸ਼ਟਰ ਲਾਗੂ ਕਰਨਾ ਚਾਹੁੰਦੀ ਹੈ। ਉਹਨਾਂ ਦੇ ਜਿਹੜੇ ਇਹ ਸੋੜੇ ਮਨਸੂਬੇ ਨੇ ਉਹਨਾਂ ਨੂੰ ਹਿੰਦੁਸਤਾਨ ਦੀ ਜਿਹੜੀ ਆਵਾਮ ਹੈ ਕਦੇ ਵੀ ਪੂਰਾ ਨਹੀਂ ਹੋਣ ਦਊਗੀ। ਬਿਸਮਿਲ੍ਲਾ ਰਹਿਮਾਨ ਰਹੀਮ। ਮਲੇਰਕੋਟਲਾ ਸ਼ਹਿਰ ਦੇ ਅੰਦਰ ਜਿਹੜਾ ਧਰਨਾ ਚੱਲ ਰਿਹਾ ਤਕਰੀਬਨ ਅੱਜ 11ਵਾਂ ਦਿਨ ਹੋ ਗਿਆ, ਜਿਹਦੇ ਅੰਦਰ ਤਾਦਾਦ ਦਿਨ ਵੱਧਦੀ ਜਾ ਰਹੀ ਹੈ ਔਰ ਸਿਰਫ ਮੁਸਲਮਾਨ ਹੀ ਨਹੀਂ ਸਾਰੇ ਧਰਮਾਂ ਦੇ ਭਰਾ ਵੀ ਇਹਦੇ ਅੰਦਰ ਜ਼ਿਆਦਾ ਤੋਂ ਜ਼ਿਆਦਾ ਸ਼ਿਰਕਤ ਕਰ ਰਹੇ ਨੇ। ਅਲਹਮਦੁਲਿਲਾ ਅਸੀਂ ਇਹ ਸਮਝਦੇ ਹਾਂ ਕਿ ਸਾਡੀ ਜਿਹੜੀ ਜੰਗ ਹੈ ਧਰਨਾ ਹੈ ਬਹੁਤ ਖੂਬ ਅੱਛੇ ਤਰੀਕੇ ਨਾਲ ਕਾਮਯਾਬ ਹੋ ਰਿਹਾ ਔਰ ਮੈਂ ਦੱਸ ਦੇਣਾ ਚਾਹੁੰਦਾ ਵਕਤ ਦੀ ਹਕੂਮਤ ਨੂੰ ਕਿ ਅਗਰ ਇਹ ਬਿੱਲ 22 ਤਰੀਕ ਤੱਕ ਵਾਪਸ ਨਹੀਂ ਲਿੱਤਾ ਜਾਂਦਾ ਇਹਦੇ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਸਾਡਾ ਇਹ ਧਰਨਾ ਜਾਰੀ ਰਹੇਗਾ, ਸਾਡੀ ਇਹ ਜੰਗ ਵੀ ਜਾਰੀ ਰਹੇਗੀ ਔਰ ਸਿਰਫ ਮਲੇਰਕੋਟਲਾ ਸ਼ਹਿਰ ਦੇ ਅੰਦਰ ਨਹੀਂ ਬਲਕਿ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਅੰਦਰ ਹਿੱਸਿਆਂ ਦੇ ਅੰਦਰ ਵੀ ਅਸੀਂ ਧਰਨੇ ਦਾ ਇੰਤਜ਼ਾਮ ਕਰਾਂਗੇ ਔਰ ਜ਼ੁਲਮ ਦੇ ਖਿਲਾਫ ਇਸ ਆਵਾਜ਼ ਨੂੰ ਪਹਿਲਾਂ ਦੀ ਤਰ੍ਹਾਂ ਉਠਾਉਂਦੇ ਰਹਾਂਗੇ ਔਰ ਮੈਂ ਸਮਝਦਾ ਕਿ ਇਹ ਜਿਹੜਾ ਕਾਨੂੰਨ ਹੈ NRC CAA ਬਹੁਤ ਹੀ ਕਾਲਾ ਕਾਨੂੰਨ ਹੈ, ਹਿੰਦੁਸਤਾਨ ਦੀ ਤਾਰੀਖ ਦੇ ਅੰਦਰ ਇੱਦਾਂ ਦਾ ਕਾਨੂੰਨ ਪਹਿਲਾਂ ਕਦੀ ਨਹੀਂ ਬਣਿਆ। ਮੈਂ ਵੀ ਦੱਸਣਾ ਚਾਹੁੰਦਾ ਕਿ ਹਿੰਦੁਸਤਾਨ ਦੀ ਆਜ਼ਾਦੀ ਦੇ ਲਈ ਸਾਰੇ ਸਮੂਹ ਦੇਸ਼ ਵਾਸੀਆਂ ਨੇ ਹਿੱਸਾ ਲਿੱਤਾ, ਖਾਸ ਤੌਰ 'ਤੇ ਮੁਸਲਮਾਨਾਂ ਨੇ, ਮੁਸਲਮਾਨਾਂ ਦੇ ਵੱਡਿਆਂ ਨੇ, ਸਾਡੇ ਆਗੂਆਂ ਨੇ, ਖਾਸ ਤੌਰ 'ਤੇ ਉਲਮਾ ਇਕਰਾਮ ਔਰ ਉਲਮਾ ਦਿਓਬੰਦ ਨੇ ਜੋ ਕੁਰਬਾਨੀ ਪੇਸ਼ ਕੀਤੀ ਹੈ ਉਸਦੀ ਮਿਸਾਲ ਨਹੀਂ ਮਿਲਦੀ। ਤਾਂ ਇਸ ਲਈ ਮੈਂ ਵਕਤੀ ਹਕੂਮਤ ਨੂੰ ਇਹ ਦੱਸ ਦੇਣਾ ਚਾਹੁੰਦਾ, ਫਿਰਕਾ ਪ੍ਰਸਤ ਤਾਕਤਾਂ ਨੂੰ ਇਹ ਕਹਿ ਦੇਣਾ ਚਾਹੁੰਦਾ ਕਿ ਇੱਦਾਂ ਜ਼ੁਲਮ ਔਰ ਜਬਰ ਦੇ ਨਾਲ ਤੁਸੀਂ ਕੋਈ ਕਾਨੂੰਨ ਨਹੀਂ ਲਾਗੂ ਨਹੀਂ ਕਰ ਸਕਦੇ, ਨਹੀਂ ਬਣਾ ਸਕਦੇ। ਔਰ ਮੈਂ ਵੀ ਦੱਸ ਦੇਣਾ ਚਾਹੁੰਦਾ ਕਿ ਗੁੰਡਾਗਰਦੀ ਆ ਜਿਹੜਾ ਨੰਗਾ ਨਾਚ ਪੂਰੇ ਮੁਲਕ ਦੇ ਅੰਦਰ ਚਲਾਇਆ ਜਾ ਰਿਹਾ ਨੂੰ ਬੰਦ ਕੀਤਾ ਜਾਵੇ।